ਵੀਡੀਓ ਦੇਖ ਰਹੇ ਸਾਰੇ ਹੀ ਵਿਦਿਆਰਥੀਆਂ ਨੂੰ ਮੇਰੇ ਵੱਲੋਂ ਭਾਪ ਸਤਨਾਮ ਸਿੰਘ ਵੱਲੋਂ ਸਤਿ ਸ਼੍ਰੀ ਅਕਾਲ ਮੈਂ ਸਤਨਾਮ ਸਿੰਘ گورਮੈਂਟ ਹਾਈ ਸਕੂਲ ਸੈਦਪੁਰ ਕਲਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਸਾਇੰਸ ਦਾ ਪ੍ਰਖਾ ਪਿਆਰੇ ਬੱਚਿਓ ਅੱਜ ਅਸੀਂ ਪੈਸ ਦਾ ਸਾਇੰਸ ਦਾ ਟੈਸਟ ਜੋ ਕਿ 2 ਅਤੇ 3 ਤਰੀਕ ਨੂੰ ਲਿਆ ਗਿਆ ਸੀ ਉਹ ਪੇਪਰ ਡਿਸਕਸ ਕਰਾਂਗੇ ਆਪਣੇ ਕੋਲ ਪਹਿਲਾ ਕੁਐਸਚਨ ਹੈ 모ਹਨ ਆਲੂ ਵਿੱਚ ਨਿਸ਼ਾਸਤੇ ਦੀ ਪਾਵ स्टार्च ਦੀ ਪਰਖ ਕਰਨਾ ਚਾਹੁੰਦਾ ਹੈ ਦੱਸੋ ਉਹ ਕਿ ਸਕੂਲ ਦੀ ਵਰਤੋਂ ਕਰੇਗਾ 모ਹਨ ਵਾਂਟਸ ਟੂ ਟੈਸਟ द प्रजेंस ऑफ स्टार्च इन पटेटो विच सल्यूशन वुड ही यूज़ तो प्यारे बच्चों जिमें कि अपू पता है कि आयोडीन स्टार्च निकल के उसका रंग नीला काला कर दें है तो इसलिए आयोडीन ऑप्ट करा आयोडीन इसका सही आंसर है ਸੈਕਿੰਡ ਕੁਐਸਚਨ ਹੈ ਪੋਜਨ ਬਾਰੇ ਦੱਸਦੇ ਸਮੇਂ ਅਮਨ ਮੈਡਮ ਨੇ ਹਰਜੋਤ ਨੂੰ ਗਾਜਰ ਮੂਲੀ ਸਰੋਂ ਅਤੇ ਸ਼ਕਰਗੰਦੀ ਵੀ ਖਾਏ ਅਤੇ ਪੁੱਛਿਆ ਕਿ ਇਹਨਾਂ ਵਿੱਚੋਂ ਕਿਹੜੀ ਜੜ ਨੂੰ ਅਸੀਂ ਭੋਜਨ ਦੇ ਰੂਪ ਵਿੱਚ ਖਾਂਦੇ ਹਾਂ ਤਾਂ ਆਪਸ਼ਨਸ ਹਨ ਰੈਡੀਸ਼ ਪਾ ਮੂਲੀ ਕੈਰਟ ਗਾਜਰ ਟਰਨੀਪ शलगम ऑल द अबव उपरोक्त सारे तो प्यारे बच्चों ਇਸ ਵਿੱਚ ਮੂਲੀਆਂ ਗਾਜਰਾ ਅਤੇ ਸ਼ਲਗਮ ਨੂੰ ਅਸੀਂ ਭੋਜਨ ਵਜੋਂ ਖਾਂਦੇ ਹਾਂ ਇਸ ਲਈ ਇਸ ਸੈਕਿੰਡ ਕੁਸਚਨ ਦਾ ਆਪਸ਼ਨ 올 द अबव सही है अगला क्वेश्चन है रमन ਨੂੰ ਮਠਾਈਆਂ ਬਹੁਤ ਪਸੰਦ ਹਨ ਉਸ ਦੀ ਮਾਤਾ ਜੀ ਨੇ ਦੱਸਿਆ ਕਿ ਮਿੱਠਾਪਨ ਖੰਡ ਕਰਕੇ ਹੁੰਦਾ ਹੈ ਤੁਸੀਂ ਕੀ ਸੋਚਦੇ ਹੋ ਕਿ ਖੰਡ ਸਾਨੂੰ ਕਿੱਥੋਂ ਮਿਲਦੀ ਹੈ ਤਾਂ ਪਿਆਰੇ ਬੱਚਿਓ ਖੰਡ ਸਾਨੂੰ ਗੰਨਾ ਭਾਵ 슈ਗਰ ਕੇਨ ਤੋਂ ਪ੍ਰਾਪਤ ਹੁੰਦੀ ਹੈ ਚਾਹੇ ਆਪਸ਼ਨ ਵਿੱਚ ਸਾਨੂੰ ਬਨਾਣਾ ਰਾਈਸ ਪੋਟੈਟੋ ਦਿੱਤੇ ਹਨ ਚਾਹੇ ਇਹਨਾਂ ਦਾ ਸੁਆਦ ਮਿੱਠਾ ਹੁੰਦਾ ਹੈ ਪਰ ਫਿਰ ਵੀ ਖੰਡ ਗੰਨੇ ਤੋਂ ਪਾਪ ਸ਼ੂਗਰ ਕੇਨ ਤੋਂ ਪ੍ਰਾਪਤ ਕੀਤੀ ਜਾਂਦੀ ਹੈ। ਅਗਲਾ ਕੁਐਸਚਨ ਹੈ ਰੋਹਿਤ ਦੇ ਦਾਦਾ ਜੀ ਨੇ ਸਰੋਂ ਆਪਣੇ ਖੇਤਾਂ ਵਿੱਚ ਉਗਾਈ ਜਦੋਂ ਫਸਲ ਪੱਕ ਗਈ ਤਾਂ ਉਸਨੇ ਤੇਲ ਕਢਾਉਣ ਲਈ ਦੇ ਦਿੱਤੀ। ਕੀ ਤੁਹਾਨੂੰ ਪਤਾ ਹੈ ਕਿ ਤੇਲ ਪੌਦੇ ਦੇ ਕਿਸ ਭਾਗ ਤੋਂ ਕੱਢਿਆ ਜਾਂਦਾ ਹੈ? ਤੋ ਪਿਆਰੇ ਬੱਚਿਓ ਸਰੋਂ ਦਾ ਤੇਲ ਸਰੋਂ ਦੇ ਬੀਜਾਂ ਤੋਂ ਪਾਪ ਸੀਡਸ ਤੋਂ ਪ੍ਰਾਪਤ ਕੀਤਾ ਜਾਂਦਾ ਹੈ ਇਸ ਲਈ ਇਸ ਦਾ ਆਨਸਰ 3rd ਪਾਪ ਸੀਡ ਹੋਵੇਗਾ ਅਗਲਾ ਕੁਸਚਨ ਹੈ ਮੋਹਿਤ ਨੇ ਆਪਣੇ ਪੁੱਤਰ ਨੂੰ ਕੁਝ ਭੋਜਨ ਪਦਾਰਥ ਦਿੱਤੇ ਅਤੇ ਕਿਹਾ ਕਿ ਇੱਕ ਭੋਜਨ ਪਦਾਰਥ ਨੂੰ ਪੂਰਨ ਪੋਸ਼ਣ ਮੰਨਿਆ ਗਿਆ ਹੈ ਦੱਸੋ ਉਹ ਭੋਜਨ ਪਦਾਰਥ ਕਿਹੜਾ ਹੈ ਜਿਸ ਨਾਲ ਸੰਤੁਲਿਤ ਪੋਸ਼ਣ ਮੰਨ ਸਕਦੇ ਹਨ ਤਾਂ অপਸ਼ਨ ਹਨ मीट ਪਾਵ ਮਾਸ ਪਲਸਸ ਪਾਵ ਦਾਲਾਂ ਮਿਲਕ ਕੈਰਟ ਪਾਵ ગાਜੇ ਤਾਂ ਪਿਆਰੇ ਬੱਚਿਓ ਦੁੱਧ ਨੂੰ ਸੰਪੂਰਨ ਪੋਸ਼ਣ ਮੰਨਿਆ ਜਾਂਦਾ ਹੈ ਕਿਉਂਕਿ ਇਸ ਵਿੱਚ ਸਾਰੇ ਹੀ ਪੋਸ਼ਟਿਕ ਤੱਤ ਉਚਿਤ ਮਾਤਰਾ ਵਿੱਚ ਹੁੰਦੇ ਹਨ ਹਰਮਨ ਨੇ ਆਪਣੇ ਘਰ ਦੇ ਨੇੜੇ ਇੱਕ ਬਿੱਲੀ ਨੂੰ ਚੂਹਾ ਖਾਂਦੇ ਦੇਖਿਆ ਅਤੇ ਇਸ ਤੋਂ ਬਾਅਦ ਉਸਨੇ ਉਸ ਹੀ ਬਿੱਲੀ ਨੂੰ ਰੋਟੀ ਖਾਂਦੇ ਦੇਖਿਆ ਤੁਹਾਨੂੰ ਕੀ ਲੱਗਦਾ ਹੈ ਕਿ ਹਰਮਨ ਬਿੱਲੀ ਨੂੰ ਕਿਸ ਵਰਗ ਵਿੱਚ ਰੱਖੇਗਾ 옵ਸ਼ਨਸ ਹਨ herbivorous ਪੌਸ਼ਕਾਹਾਰੀ carnivorous ਪਮਸਾਹਾਰੀ omnivorous ਪਾਵ ਸਰਬ ਆਹਾਰੀ all of these all of above to pyare bachcho jo janwar jo jeev apna bhojan ped paudhon to prapt karde han onhan nu herbivorous ya shakahari kaha janda hai ate jo jeev apna bhojan maans to prapt karde han dusre janwara to prapt karde han onhan nu mansahari ya carnivores kaha janda hai prantu ajay jeev jo apna bhojan ਪੇੜ ਪੌਦੇਆਂ ਅਤੇ ਜਾਨਵਰਾਂ ਦੋਹਾਂ ਤੋਂ ਪ੍ਰਾਪਤ ਕਰਨ ਉਹਨਾਂ ਨੂੰ ਓਮਨੀਵੋਰਸ ਕਿਹਾ ਜਾਂਦਾ ਹੈ ਇਸ ਲਈ ਬਿੱਲੀ ਨੂੰ ਓਮਨੀਵੋਰਸ ਕੈਟਾਗਰੀ ਵਿੱਚ ਰੱਖਾਂਗੇ ਅਗਲਾ 7ਵਾਂ ਕੁਐਸਚਨ ਹੈ ਆਪਣੇ ਕੋਲ ਮੇਰੇ ਪਿਤਾ ਜੀ ਨੂੰ ਡਾਕਟਰ ਨੇ ਉਹ ਭੋਜਨ ਪਦਾਰਥ ਖਾਣ ਦੀ ਸਲਾਹ ਦਿੱਤੀ ਜਿਨ੍ਹਾਂ ਵਿੱਚ ਪ੍ਰੋਟੀਨ ਕਾਫੀ ਮਾਤਰਾ ਵਿੱਚ ਹੋਵੇ ਫਿਰ ਮੈਂ ਉਹਨਾਂ ਨੂੰ ਕਿਸ ਤਰ੍ਹਾਂ ਦਾ ਭੋਜਨ ਖਾਣ ਨੂੰ ਦੇਵਾਂਗਾ অপਸ਼ਨਸ ਹਨ ਪੋਟੈਟੋ ਪਾਵ ਆਲੂ ਫਰੂਟਸ ਪਾਵ ਫਲ ਪਲਸਸ ਐਂਡ ਐਗ ਪਾਵ ਦਾਲਾਂ ਤੇ ਅੰਡੇ 올 ਦਾ ਅਬਵ ਉਪਰੋਕਤ ਸਾਰੇ ਤਾਂ ਪਿਆਰੇ ਬੱਚਿਓ ਇਸ ਵਿੱਚ ਡਾਕਟਰ ਨੇ ਅਜਿਹਾ ਭੋਜਨ ਖਾਣ ਦੀ ਸਲਾਹ ਦਿੱਤੀ ਹੈ ਜੇ ਸਵਿਚ ਪ੍ਰੋਟੀਨ ਵਧੇਰੇ ਮਾਤਰਾ ਵਿੱਚ ਹੋਵੇ ਔਰ ਪਿਆਰੇ ਬੱਚਿਓ ਤੁਹਾਨੂੰ ਪਤਾ ਹੈ ਕਿ ਪੋਟੈਟੋ ਪਾਵ ਆਲੂ ਅਤੇ ਫਰੂਟਸ ਵਿੱਚ ਸਟਾਰਚ ਕਾਫੀ ਮਾਤਰਾ ਵਿੱਚ ਮੌਜੂਦ ਹੁੰਦਾ ਹੈ ਜਦ ਕਿ ਪਲਸਸ ਅਤੇ ਅੰਡੇ ਵਿੱਚ ਪ੍ਰੋਟੀਨ ਕਾਫੀ ਮਾਤਰਾ ਵਿੱਚ ਹੁੰਦੀ ਹੈ ਇਸ ਲਈ ਇਸ ਪ੍ਰਸ਼ਨ ਦਾ ਸਹੀ ਉੱਤਰ ਪਲਸਸ ਅਤੇ ਅੰਡੇ ਹਨ ਅਗਲਾ ਪ੍ਰਸ਼ਨ ਹੈ ਹਰੀਸ਼ ਜੀ ਹਰੀਸ਼ ਦੀ ਮਾਤਾ ਜੀ ਨੇ ਉਸ ਨੂੰ ਦੁੱਧ ਦਾ ਗਲਾਸ ਦਿੱਤਾ ਫਿਰ ਉਹ ਦੁੱਧ ਦੇਣ ਵਾਲੇ ਜਾਨਵਰਾਂ ਬਾਰੇ ਸੋਚਣ ਲੱਗ ਗਿਆ ਕਿ ਤੁਸੀਂ ਕਿਸੇ ਦੁੱਧ ਦੇਣ ਵਾਲੇ ਜਾਨਵਰ ਦਾ ਨਾਮ ਦੱਸ ਸਕਦੇ ਹੋ ਤਾਂ ਆਪਸ਼ਨ ਹਨ ਕਾਊ ਪਾਵਗਾ ਬਫਲੋ ਪਾਪ ਮੱਝ ਗੋਟ ਪਾ ਬੱਕਰੀ 올 ਆਫ ਅਬਵ ਉਪਰੋਕਤ ਸਾਰੇ ਤਾਂ ਪਿਆਰੇ ਬੱਚਿਓ ਸਾਨੂੰ ਦੁੱਧ ਗਾਂ ਮੱਝ ਗੋਟ ਬੱਕਰੀ ਆਦਿ ਤੋਂ ਪ੍ਰਾਪਤ ਹੁੰਦਾ ਹੈ ਇਸ ਲਈ ਇਸ ਪ੍ਰਸ਼ਨ ਦਾ ਉੱਤਰ 올 ਆਫ ਅਬਵ ਪਾ ਉਪਰੋਕਤ ਸਾਰੇ ਹੈ ਨੋਵਾਂ ਪ੍ਰਸ਼ਨ ਹੈ ਹੈਰੀ ਨੂੰ ਆਪਣੇ ਸਰੀਰ ਵਿੱਚ ਊਰਜਾ ਦੀ ਘਾਟ ਮਹਿਸੂਸ ਹੁੰਦੀ ਹੈ ਤੁਸੀਂ ਕੀ ਸੋਚਦੇ ਹੋ ਕਿ ਉਸ ਨੂੰ ਕਿਸ ਤਰ੍ਹਾਂ ਦਾ ਪੋਸ਼ਣ ਖਾਣਾ ਚਾਹੀਦਾ ਹੈ ਆਪਸ਼ਨਸ ਹਨ ਵਿਟਾਮਿਨ ਪਾ विटामिन रफीज मोटा आहार मिनरल्स खनिज कार्बोहाइड्रेट्स बच्चों कार्बोहाइड्रेट्स ਨੂੰ ऊर्जा युक्त भोजन एनर्जी गिविंग फूड ਕਿਹਾ ਜਾਂਦਾ ਹੈ ਇਸ ਲਈ ਉਸ ਨੂੰ कार्बोहाइड्रेट वाला भोजन पाव अजयहा भोजन खाना चाहिए जिस विच ऊर्जा वध मात्रा विच होवे 10वां प्रश्न है सोनिया ਕਾਰ ਵਿੱਚ ਕੰਮ ਕਰਦੀ ਅਚਾਨਕ ਡਿੱਗ ਪੈਂਦੀ ਹੈ ਡਾਕਟਰ ਕੋਲ ਜਾਣ ਤੇ ਪਤਾ ਲੱਗਦਾ ਹੈ ਕਿ ਉਸ ਦੀਆਂ ਹੱਡੀਆਂ ਕਮਜ਼ੋਰ ਹਨ ਡਾਕਟਰ ਉਸ ਨੂੰ ਕਿਹੜਾ ਵਿਟਾਮਿਨ ਲੈਣ ਲਈ ਕਹੇਗਾ 옵ਸ਼ਨਸ ਵਿਟਾਮਿਨ A ਵਿਟਾਮਿਨ B ਵਿਟਾਮਿਨ C ਤੇ ਵਿਟਾਮਿਨ D ਪਿਆਰੇ ਬੱਚਿਓ ਵਿਟਾਮਿਨ A ਦੇ ਨਾਲ ਸੌਰੀ ਵਿਟਾਮਿਨ A ਦੀ ਘਾਟ ਨਾਲ ਅੰਦਰ ਆਤਾ ਰੋਗ ਹੁੰਦਾ ਹੈ ਜਿਸ ਨੂੰ ਨਾਈਟ ਬਲਾਈਂਡਨੈਸ ਵੀ ਕਿਹਾ ਜਾਂਦਾ ਹੈ ਵਿਟਾਮਿਨ ਬੀ ਦੀ ਘਾਟ ਨਾਲ 베ਰੀ 베ਰੀ ਨਾਮਕ ਰੋਗ ਹੁੰਦਾ ਹੈ ਵਿਟਾਮਿਨ ਸੀ ਦੀ ਘਾਟ ਨਾਲ ਸਕਰਵੀ ਪਾ ਮਸੂੜੀਆਂ ਦੇ ਵਿੱਚੋਂ ਲਹੂ ਵਗਦਾ ਹੈ ਜਦਕਿ ਵਿਟਾਮਿਨ ਡੀ ਦੀ ਘਾਟ ਨਾਲ ਹੱਡੀਆਂ ਕਮਜ਼ੋਰ ਹੁੰਦੀਆਂ ਹਨ ਤਾਂ ਇਸ ਲਈ ਡਾਕਟਰ ਉਸ ਨੂੰ ਵਿਟਾਮਿਨ ਡੀ ਖਾਣ ਦੀ ਸਲਾਹ ਦੇਵੇਗਾ ਤਾਂ ਇਸ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ